ਸਾਲ ਪਹਿਲਾਂ 10 ਫਰਵਰੀ 1846 ਵਿੱਚ ਇੱਥੇ ਫਸਟ ਸਿੱਖ ਵਾਰ ਚੱਲ ਰਹੀ ਸੀ। ਮੁੜਕੇ ਦੀ ਲੜਾਈ ਮੁੱਕ ਗਈ, ਹਲੀਵਾਲ ਮੁੱਕ ਗਈ, ਫਿਰੋਜ਼ ਸ਼ਾਹ ਮੁੱਕ ਗਈ ਔਰ ਫਿਰ ਸਭਰਾਵਾਂ ਆਈ ਸੀ ਔਰ ਉਹਦੇ ਵਿੱਚ ਸਾਡੇ ਜੋ ਸ਼ਿਕਸਤ ਹੋ ਰਹੀ ਸੀ। ਉਦੋਂ ਸ਼ਾਮ ਸਿੰਘ ਅਟਾਰੀ ਜੀ ਸਾਡੇ ਜਨਰਲ ਸਾਹਿਬ ਆਪਣੇ ਪਿੰਡ ਆਏ ਹੋਏ ਸੀ, ਉਹ ਢਿੱਲੇ ਸੀ, ਬਿਮਾਰ ਸੀ ਅਤੇ ਉਹਨਾਂ ਨੇ ਬਿਮਾਰੀ ਦੇ ਹਾਲਾਤ ਦੇ ਵਿੱਚ ਉੱਠੇ ਔਰ ਆਪਣੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਨਾਲ ਲਿੱਤਾ ਜਿਨ੍ਹਾਂ ਨੇ ਨਾਲ ਜਾਣਾ ਸੀ ਔਰ 71 ਬੰਦੇ ਨਾਲ ਗਏ ਔਰ ਅਰਦਾਸ ਕੀਤੀ ਪਿੰਡ 'ਚ ਕਿ ਅਸੀਂ ਅੱਜ ਉਸ ਜੰਗ 'ਚ ਸ਼ਾਮਿਲ ਹੋਵਾਂਗੇ, ਜਾਂ ਤਾਂ ਸਾਡੀ ਫਤਿਹ ਹੋਊ ਨਹੀਂ ਸਾਡੀਆਂ ਲਾਸ਼ਾਂ ਵਾਪਸ ਆਉਣਗੀਆਂ। ਔਰ ਜਦੋਂ ਉਹ ਜੰਗ ਖਤਮ ਹੋਇਆ ਔਰ ਉੱਥੋਂ ਫੌਜਾਂ ਉੱਠ ਗਈਆਂ ਸੀਆਂ, ਅੰਗਰੇਜ਼ ਉੱਥੇ ਹਾਵੀ ਹੋ ਗਏ ਸੀ ਅਤੇ ਇਹ ਆਪਣੇ 71 ਬੰਦਿਆਂ ਦੇ ਨਾਲ ਉਹਨਾਂ ਨੇ ਅਖੀਰਲੇ ਦਮ ਤੱਕ ਲੜਦੇ ਰਹੇ ਔਰ ਫਿਰ ਸ਼ਹੀਦ ਹੋ ਗਏ ਔਰ ਅੰਗਰੇਜ਼ਾਂ ਨੇ ਉਹਨਾਂ ਦੀ ਬਹਾਦਰੀ ਨੂੰ ਮੰਨਦੇ ਹੋਏ ਉਹਨਾਂ ਦੀ ਲਾਸ਼ਾਂ ਨੂੰ ਆਪਣੇ ਪਿੰਡ ਪਹੁੰਚਣ ਦੀ ਇਜਾਜ਼ਤ ਦੇ ਦਿੱਤੀ। ਸੋ ਅੱਜ ਇਹ ਸ਼ਾਮ ਸਿੰਘ ਅਟਾਰੀ ਜੀ ਦਾ ਜਿਹੜਾ ਉਰੇ ਜੈਨ ਸਾਹਿਬ ਦਾ ਇੱਥੇ ਬੁੱਤ ਹੈ, ਇਹ ਸਾਡੀ ਪਾਰਟੀ ਨੇ ਲਾਇਆ ਸੀ ਪਿਛਲੀ ਵਾਰ, ਸਾਡੇ ਜੁਗਲ ਕਿਸ਼ੋਰ ਜੀ ਸੇ ਉਰੇ ਜਿਨ੍ਹਾਂ ਨੇ ਬਣਵਾ ਕੇ ਇੱਥੇ। ਤੁਸੀਂ ਲਾਇਆ ਸੀ ਸਰ, ਤੁਸੀਂ ਪੈਸੇ ਦਿੱਤੇ, ਤੁਸੀਂ ਸਾਰਾ ਕੁਝ ਕੀਤਾ ਸਰ? ਕੀਤਾ ਤਾਂ ਸਾਡੀ ਗਵਰਨਮੈਂਟ ਨੇ ਸੀ, ਅਸੀਂ ਉਹ ਗਵਰਨਮੈਂਟ ਦੇ ਵਿੱਚ ਸੀ। ਉਦੋਂ ਦਾ ਉਹ ਬਣ ਕੇ ਪਿਆ ਰਿਹਾ, ਫਿਰ ਕਈ ਸਾਲਾਂ ਬਾਅਦ ਅਕਾਲੀਆਂ ਨੇ ਇਹਨੂੰ ਕੱਢ ਕੇ ਇੱਥੇ ਸਟੈਂਡ 'ਤੇ ਲਾ ਦਿੱਤਾ ਗਿਆ। ਆਪਾਂ ਹੁਣ ਇਸ ਗੱਲ ਨੂੰ ਮੰਨਦੇ ਹਾਂ ਹਰ ਸਾਲ ਔਰ ਇਹ ਹਰ ਵੇਲੇ ਬੱਚਿਆਂ ਨੂੰ ਯਾਦ ਕਰਾਉਣ ਦੀ ਗੱਲ ਹੈ। ਜਸਟਿਨ ਟਰੂਡੋ ਇੱਥੇ ਆਣਗੇ ਉਦੋਂ ਖਾਲਿਸਤਾਨ ਸਮਰਥਨ ਪੋਸਟਰ ਜਿਹੜੇ ਇੱਥੇ ਲਗਾਏ ਜਾਣਗੇ। ਟਰੂਡੋ ਆ ਰਿਹਾ, ਟਰੂਡੋ ਦੇ ਜਿਹੜੇ ਦੋ ਮਿਨਿਸਟਰ ਸੀ, ਜਿਹੜੇ ਸੱਜਣ ਸੀਗਾ ਔਰ ਇੱਕ ਹੋਰ ਸੀ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਖਾਲਿਸਤਾਨ ਦੇ ਨਾਲ ਨਹੀਂ ਹੈ, ਅਸੀਂ ਉਹਦੇ ਵਿਰੋਧੀ ਹੈ। ਔਰ ਪਹਿਲਾਂ ਉਹਨਾਂ ਦੀ ਸੋਚ ਜੋ ਮਰਜ਼ੀ ਸੀ, ਹੁਣ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਗੱਲ। ਇੱਥੇ ਆਪਣੇ ਟਰੱਸਟ ਵੱਲੋਂ ਜਿਹੜਾ ਆਪਣੇ ਕਰਨਲ ਨਰਿੰਦਰ ਸਿੰਘ ਨੇ ਇੱਕ ਰਿਕੁਐਸਟ ਭੇਜੀ ਸੀ ਸਾਨੂੰ, ਉਹਦੇ ਵਿੱਚੋਂ ਕਈ ਗੱਲਾਂ ਅਸੀਂ ਚੁਣ ਕੇ ਕਰ ਚੁੱਕੇ ਹਾਂ। ਇੱਕ ਤਾਂ ਐਜੂਕੇਸ਼ਨ ਬੋਰਡ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੀ ਜਿਹੜੀ ਪੂਰੀ ਕਹਾਣੀ ਹੈ ਉਹ ਕਿਤਾਬਾਂ ਦੇ ਵਿੱਚ ਲਿਖੀ ਜਾਏਗੀ। ਇਸੇ ਤਰੀਕੇ ਨਾਲ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ NCERT ਦੇ ਵਿੱਚ ਜਿਹੜੀਆਂ ਵੀ ਕਿਤਾਬਾਂ ਕਹਾਣੀਆਂ ਬਣਦੀਆਂ ਨੇ ਬਹਾਦਰ ਸੂਰਮਿਆਂ ਦੀਆਂ, ਉਹ ਸਾਰੇ ਆਲ ਇੰਡੀਆ ਬੇਸਿਸ 'ਤੇ ਵੀ ਆਪਣੇ ਕਿਤਾਬਾਂ ਦੇ ਵਿੱਚ ਲਿਖਣ। ਇੱਕ ਰੇਲਵੇ ਸਟੇਸ਼ਨ ਜਿਹੜੀ ਹੈ ਉਹ ਜਨਰਲ ਸ਼ਾਮ ਸਿੰਘ ਅਟਾਰੀ ਦੇ ਨਾਮ 'ਤੇ ਰੱਖੀ ਜਾਏ। ਇਹ ਆਲਰੇਡੀ ਮੇਰੀਆਂ ਚਿੱਠੀਆਂ ਚਲੀ ਗਈਆਂ ਨੇ, ਅਸੀਂ ਇੱਕ ਕਿਹਾ ਕਿ ਜਿਹੜਾ ICP ਪੋਸਟ ਹੈ ਇੰਟਰਨੈਸ਼ਨਲ ਪੋਸਟ, ਇਹ ਵੀ ਜਨਰਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਨਾਮ 'ਤੇ ਰੱਖਿਆ ਜਾਏ। ਇੱਕ ਸਪੋਰਟਸ ਸਾਡਾ ਮਹਿਕਮਾ ਐਨੂਅਲ ਸਪੋਰਟਸ ਇਵੈਂਟ ਉਰੇ ਇੱਥੇ ਕਰੇਗਾ, ਤਾਂ ਖੇਡਾਂ ਦਾ ਜਿਹੜਾ ਹੁੰਦਾ ਹਰ ਸਾਲ ਉਰੇ ਰੱਖਿਆ ਜਾਏਗਾ। ਅਸੀਂ ਬੇਨਤੀ ਕਰਾਂਗੇ ਮਿਨਿਸਟਰੀ ਆਫ ਡਿਫੈਂਸ ਨੂੰ, ਮੈਂ ਲਿਖ ਚੁੱਕਿਆ ਆਰਮੀ ਕਮਾਂਡਰ ਨੂੰ ਵੀ, ਕਿ ਇੱਥੇ ਹਰ ਸਾਲ ਇੱਕ ਜਿਹੜੀ ਐਕਸ ਸਰਵਿਸਮੈਨ ਰੈਲੀ ਇਸ ਏਰੀਆ 'ਤੇ ਕੀਤੀ ਜਾਵੇ, ਤਾਂ ਕਿ ਲੋਕ ਇਸ ਗੱਲ ਨੂੰ
ਆਪਣੇ ਪਿੰਡਾਂ ਤਾਈਂ ਪਹੁੰਚਾ ਸਕਣ। ਇੱਕ ਵਾਈਫਾਈ ਜ਼ੋਨ ਮੰਗੀ ਹੈ 18 ਦੇ ਪਿੰਡਾਂ ਨੂੰ, ਅਸੀਂ ਇਹ ਵਾਈਫਾਈ ਜ਼ੋਨ ਨੂੰ ਲਿਆਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਆਲਰੇਡੀ ਮਿਨਿਸਟਰ ਆਫ ਕਮਿਊਨੀਕੇਸ਼ਨ ਨੂੰ ਅਸੀਂ ਲਿਖ ਚੁੱਕੇ ਹਾਂ ਇਸ 'ਤੇ। ਇੱਥੋਂ ਲੋਕਲ ਬੱਸਾਂ ਤਾਂ ਕਿ ਅਟਾਰੀ ਜਾ ਕੇ ਉੱਥੇ ਜਨ ਸਾਹਿਬ ਦੀ ਸਮਾਧ ਦੇ ਉੱਪਰ ਆਪਣੀ ਆਪਣੇ ਸ਼ਰਧਾ ਦੇ ਫੁੱਲ ਚੜ੍ਹਾ ਸਕਣ, ਉਹ ਵੀ ਅਸੀਂ ਉਹ ਸ਼ੁਰੂ ਕਰ ਰਹੇ ਹਾਂ। ਦੈਨ ਇੱਕ ਮੰਗ ਹੈ ਪਿੰਡ ਦੀ ਕਿ ਪਿੰਡ ਦੇ ਸਾਹਮਣੇ ਉੱਥੇ ਇੱਕ ਟੈਂਕ ਔਰ ਇੱਕ ਜਹਾਜ਼ ਉੱਥੇ ਕੀਤਾ ਜਾਵੇ, ਉਹ ਅਸੀਂ ਆਰਮੀ ਹੈੱਡਕੁਆਰਟਰ ਨਾਲ ਲੈ ਰਹੇ ਹਾਂ ਤਾਂ ਕਿ ਉਹ ਸਾਨੂੰ ਇੱਕ ਦੋ ਇੱਥੇ ਪਲੇਸ ਕਰ ਸਕਣ। ਇੱਕ ਉੱਥੇ ਹੈ ਕਿ ਜਿਹੜੇ ਲੋਕ ਆਉਂਦੇ ਨੇ ਜਿਹਨਾਂ ਨੂੰ ਕਹਾਣੀਆਂ ਦਾ ਪਤਾ ਨਹੀਂ, ਉਹਨਾਂ ਵਾਸਤੇ ਗਾਈਡਸ ਜਿਹੜੇ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਦੱਸ ਸਕਣ ਕਿ ਕੀ ਹੋ ਰਿਹਾ। ਅਸੀਂ ਇਹ ਮੰਗ ਕੀਤੀ ਸੀ ਉਹਨਾਂ ਨੇ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਿੰਡ ਵਾਲਿਆਂ ਦੇ ਬੱਚਿਆਂ ਨੂੰ ਹੀ ਤੁਸੀਂ ਤਗੜੇ ਕਰੋ, ਸਮਝਾਓ ਉਹਨਾਂ ਨੂੰ ਹੀ, ਅਸੀਂ ਗਾਈਡ ਰੱਖ ਲਾਂਗੇ। ਮਿਨਿਸਟਰ ਇਨ ਚਾਰਜ, ਉਹ ਅਗਰ ਮਿਨਿਸਟਰ ਆਪ ਹੈ ਉਹਨੇ ਹੀ ਲਾਉਣਾ ਹੈ, ਅਸੀਂ ਕਿੱਥੇ ਲਾਉਣੀ ਹੈ। ਉਹ ਸ਼ੀ ਇਜ਼ ਫੂਡ ਪ੍ਰੋਸੈਸਿੰਗ ਮਿਨਿਸਟਰ, ਫੂਡ ਪ੍ਰੋਸੈਸਿੰਗ ਦੇ ਨਾਲ ਹੀ ਇਸ ਕੋਲਡ ਸਟੋਰੇਜ ਹੋ ਰਹੀ ਹੈ। ਕਿਸਾਨਾਂ ਦੀ ਸੁਖਬੀਰ ਨੇ ਪੋਲ ਖੋਲ ਮੁਹਿੰਮ ਚਲਾਈ, ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ? ਕੀ ਕੁਝ ਵੀ ਨਹੀਂ ਕਹਿਣਾ ਚਾਹੁੰਦਾ। ਸੁਖਬੀਰ ਕਹਿੰਦਾ ਮੈਂ ਪੋਲ ਖੋਲ ਕਰਨੀ 10 ਮਹੀਨੇ ਹਦੀ ਜੀ ਹੈ, ਕੀ ਕਹਿੰਦਾ? ਲਓ ਜੀ ਜਿੰਨੇ ਮਰਜ਼ੀ ਪੋਲ ਖੋਲੇ, ਉਹਦੇ ਪੋਲ ਅਸੀਂ ਖੋਲ ਦਾਂਗੇ, ਉਹਨੇ ਕਿਹੜੀ ਗੱਲ ਨਹੀਂ। ਕਦੋਂ ਤੱਕ ਜਿਹੜੀ ਆਪਦੀ ਪੋਲ ਖੁੱਲੀ ਪਈ ਹੈ ਸਰ, ਕਿਸਾਨਾਂ ਦੀ ਜਿਹੜੀ ਸੁਸਾਈਡ ਹੋ ਰਹੀ ਆ।
Yeah.